ਇਹ ਵੇਖਦੇ ਹੋ ਵੀ ਮੁਰਗੀ ਦੀ ਕੀ ਹਾਲਤ ਹੋਈ ਹੈ। ਇਹ ਜਿਹੜਾ ਨਾ ਇਹ ਇਹਨੂੰ ਅੱਜ ਕੈਰਜ ਤੋਂ ਬਾਹਰ ਕੱਢਿਆ ਅਤੇ ਇਹਨੇ ਫੌਰਨ ਹੀ ਪੂਰਾ ਐਕਸ਼ਨ ਲੈ ਕੇ ਅਤੇ ਮੁਰਗੀ 'ਤੇ ਹਮਲਾ ਕਰ ਦਿੱਤਾ। ਮੁੰਡੇ ਨੇ ਬੜੀ ਮੁਸ਼ਕਲ ਮੁਰਗੀ ਛਡਾਈ ਹੈ ਅਤੇ ਲੇਕਿਨ ਉਹ ਜ਼ਖਮੀ ਹੈ ਫੁੱਲ। ਮੈਂ ਬੜਾ ਪਰੇਸ਼ਾਨ ਹੋਇਆ ਕਿ ਇਹਨੂੰ ਸ਼ਿਕਾਰ ਕਰਨਾ ਅੱਜ ਤੱਕ ਦੱਸਿਆ ਹੀ ਨਹੀਂ, ਨਾ ਇਹਨੇ ਵੇਖਿਆ ਇਹ ਕਿਉਂ ਇਹਨੇ ਇਹਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਕਿ ਸ਼ਿਕਾਰ ਇਸ ਤਰ੍ਹਾਂ ਕਰੀਦਾ। ਇੱਥੋਂ ਇਹ ਸਾਬਤ ਹੋਇਆ ਕਿ ਗੱਲ ਨਸਲਾਂ 'ਤੇ ਖਤਮ ਹੁੰਦੀ ਹੈ। ਇਹ ਨਸਲਾਂ 'ਚ ਸ਼ਾਮਲ, ਇਹਨਾਂ ਦੇ ਖੂਨ 'ਚ ਸ਼ਾਮਲ ਹੈ ਸ਼ਿਕਾਰ ਕਰਨਾ। ਇਹਨਾਂ ਨੂੰ ਕਿਸੇ ਬੰਦੇ ਨਹੀਂ ਦੱਸਿਆ, ਨਾ ਕਿਸੇ ਵੀਡੀਓ ਵਿਖਾਈ ਹੈ ਇਹਨਾਂ ਨੂੰ, ਨਾ ਕਿਤੇ ਇਹਨਾਂ ਪੜ੍ਹਿਆ। ਇਹਨਾਂ ਖੁਦ ਬਖੁਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਇੰਝ ਹਾਂ ਸ਼ਿਕਾਰ ਕਰਨਾ। ਅਤੇ ਇਸੇ ਤਰ੍ਹਾਂ ਹੀ ਬੰਦਿਆਂ ਦੀਆਂ ਵੀ ਨਸਲਾਂ ਹੁੰਦੀਆਂ ਨੇ, ਉਹ ਵੀ ਗੱਲ ਨਸਲਾਂ 'ਤੇ ਮੁੱਕਦੀ ਹੈ। ਨਸਲੀ ਬੰਦਾ ਹੋਏਗਾ ਤੁਹਾਡੇ ਨਾਲ ਨਾਰਾਜ਼ ਹੋ ਜਾਏਗਾ, ਤੁਹਾਡੇ ਨਾਲ ਲੜਾਈ ਹੋ ਜਾਏਗੀ, ਫਿਰ ਵੀ ਉਹ ਕੰਡ ਪਿੱਛੇ ਤੁਹਾਡੀ ਬਦਖੋਈ ਨਹੀਂ ਕਰੇਗਾ। ਬਦ ਨਸਲਾ ਹੋਏਗਾ ਤੁਹਾਡੇ ਕੋਲ ਫਾਇਦੇ ਵੀ ਲਏਗਾ, ਮੂੰਹ 'ਤੇ ਚਾਪਕਲੋਸ਼ੀ ਵੀ ਕਰੇਗਾ, ਲੇਕਿਨ ਪਿੱਛੇ ਜਾ ਕੇ ਤੁਹਾਡੀਆਂ ਜੜ੍ਹਾਂ ਵੱਢੇਗਾ। ਬਦ ਨਸਲਾ ਅਤੇ ਨਸਲੀ ਬੰਦਾ ਇਹਨਾਂ 'ਚ ਵੀ ਫਰਕ ਹੈ, ਇਹ ਅੱਜ ਸ਼ੇਰਾਂ ਸਾਡਿਆਂ ਨੇ ਸਾਬਤ ਕਰ ਦਿੱਤਾ।